ਹੈਲੋ ਦੋਸਤੋ ਤੁਹਾ ਦਾ ਸਾਰਿਆਂ ਨੂੰ ਸਵਾਗਤ ਆ ਆਪਣੇ YouTube ਚੈਨਲ HK ਪ੍ਰੇਤ ਤੇ ਅੱਜ ਅਸੀਂ ਤੁਹਾਡੇ ਲਈ ਜਮਾਤ 7ਵੀਂ ਸਮਾਜਿਕ ਵਿਗਿਆ ਸਲਾਨਾ ਪ੍ਰੀਖਿਆ 2022-23 ਕੁੱਲ ਅੰਕ 70 ਤੇ ਸਮਾਂ 3 ਘੰਟਾ ਦਾ ਅਸੋਨਿਕ ਕਵਾਟ 7:30 ਦੇ ਤੀਆ ਨੇ ਪੇਪਰ ਲੈ ਕੇ ਆ ਚੁੱਕੇ ਆ ਜਿਵੇਂ ਕਿ ਤੁਹਾਨੂੰ ਪਤਾ ਹੁਣ ਫਾਈਨਲ ਪੇਪਰ ਚੱਲ ਰਹੇ ਹਨ ਜੋ ਤੁਹਾਡਾ ਕੱਲ ਨੂੰ ਸਮਾਜਿਕ ਵਿਗਿਆ ਦਾ ਪੇਪਰ ਆ ਉਹ ਲੈ ਕੇ ਆ ਚੁੱਕੇ ਆ ਜੇਕਰ ਤੁਹਾਨੂੰ ਇਹਦੀ PDF ਚਾਹੀਦੀ ਆ ਤਾਂ ਆਪਣਾ Telegram ਗਰੁੱਪ ਬਣਿਆ ਹੋਇਆ ਉੱਥੇ ਜਾ ਕੇ ਤੁਸੀਂ ਜਦ ਮਰਜੀ ਦਮਦਰ ਕਰ ਸਕਦੇ ਹੋ ਟੈਲੀਗ੍ਰam ਗਰੁੱਪ ਦਾ ਲਿੰਕ ਡਿਸਕ੍ਰਿਪਸ਼ਨ 'ਚ ਵੀ ਮਿਲ ਜੂਆ ਤੇ ਕਮੈਂਟ ਬਾਕਸ ਦੇ ਵਿੱਚ ਪਿੰਨ ਵੀ ਮਿਲ ਜੂਆ ਦੋਨੇ ਦੋਨੇ ਜਿੱਥੇ ਵੀ ਜਾਣਾ ਹੋਵੇ ਤੁਸੀਂ ਡਿਸਕ੍ਰਿਪਸ਼ਨ 'ਚ ਕਮੈਂਟ ਬਾਕਸ ਦੇ ਵਿੱਚ ਕਿਤੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਚਲੋ ਆਪਾਂ ਪੀਪਲ ਦੇ ਵੱਲ ਵੱਧਦੇ ਆਂ ਆਪ ਇੱਕ ਸਰਪੇ ਤੋਂ ਸਾਈਜ਼ ਵੱਡਾ ਕਰ ਲੈਨੇ ਪੀਪਲ ਦਾ ਪਹਿਲਾ ਸਾਰੇ ਪ੍ਰੈਸ਼ਨ ਲਾਜੀ ਵੀ ਹੈ ਨਾ ਭਾਗੂੜਾ ਬਹੁ ਵਿਕਲਪੀ ਪ੍ਰਸ਼ਨ ਕੁਲਾਕਾ 15 ਪ੍ਰਸ਼ਨ ਨੰਬਰ 1 ਧਰਤੀ ਦੇ ਕਿੰਨੇ ਖੋਲ ਹਨ ਧਰਤੀ ਦੇ ਕਿੰਨੇ ਖੋਲ ਨੇ ਦਾ ਸਰਾਜੂ ਅੜਾ ਧਰਤੀ ਦੇ ਤਿੰਨ ਖੋਲ ਨੇ ਇਹਦਾ ਅਗਰ ਪ੍ਰਸ਼ਨ ਪ੍ਰਸ਼ਨ ਨੰਬਰ 2 ਕੁਦਰਤੀ ਬ੍ਰਸਪਤੀ ਨੂੰ ਪ੍ਰਮੁੱਖ ਕਿੰਨੇ ਭਾਗਾਂ ਵਿੱਚ ਬੰਦਿਆ ਗਿਆ ਹੈ ਇਹਦਾ ਸਰਾਜੂ ਆ ਤਿੰਨ ਈੜੀ ਅਕਿ ਪ੍ਰਸ਼ਨ ਨੰਬਰ 3 ਤਸਤੀ ਨੂੰ ਡੈਸ਼ ਗਰੇ ਵੀ ਆਖਦੇ ਹਨ ਇਹਦਾ ਅਨਸਾਰ ਜੁਆ ਹਰਾ ਅਗੇ ਚੌਥਾ ਹੇਠ ਲਿਖੇ ਵਿੱਚੋਂ ਕਿਹੜੀ ਇੱਕ ਬੰਦਰਗਾ ਬੰਦਰਗਾ ਹੈ ਇਹਦਾ ਸਜੂ ਚੌਥੀ ਦਾ ਸਸਾ ਉਪਰੋਕਤ ਸਾਰੇ ਹੀ ਅਗੇ ਪ੍ਰਸ਼ਨ ਨੰਬਰ 5 ਹੇਠਾਂ ਲਿਖੇ ਵਿੱਚੋਂ ਕਿਹੜਾ ਜਲਮਾਰਗ ਪੂਮਦ ਸਰਗ ਤੇ ਲਾਲ ਸਾਗਰ ਨੂੰ ਮਿਲਾਉਂਦਾ ਹੈ 556 ਉਪਰੋਕਤ ਸਾਰੇ ਹੀ ਅਗੱਛੇ ਮਾ ਖੇਤਾ ਲਿਖੇਨ ਬੀਤੋ ਕਿਹੜਾ ਸੀਤ ਉਸਨ ਕਾ ਦੇ ਮੈਦਾਨਾ ਦਾ ਖੇਤਰ ਨਹੀਂ ਹੈ ਸਿਮੇ ਦਾ ਜੂ 6 ਲਾ ਨੋਜ ਜਸ ਸਸਰਾ ਅਗੇ 7 ਹਿਊਨ ਸੰ ਕਿਹੜੇ ਦੇਸ਼ ਤੋਂ ਭਾਰਤ ਆਇਆ 7 ਮਿਨਸ ਰੇਗਾ ਉੜਾ ਚੀਨ ਤੋਂ ਭਾਰਤ ਵਿੱਚ ਆਇਆ ਸੀ ਅਗੇ 5 ਮੇਥਾ ਲਿਖਿਆ ਵਿੱਚੋਂ ਕਿਹੜਾ ਕਿ ਮੇਥਾ ਲਿਖਿਆ ਵਿੱਚੋਂ ਕਿਹੜਾ ਪੁਰਾਤਤਵ ਸਰੋਤ ਹੈ 8 166 ਸਾਰੇ ਹੀ ਸਮਾਰਕ ਤੇ ਮੰਦਰ ਬਰਤਨ ਤੇ ਗਹਿਨੇ ਸਿਲੇਖ ਤੇ ਸਿੱਕੇ ਆ ਸਾਰੇ ਹੀ ਪੁਰਾਤਤਵ ਸਰੋਤ ਨੇ ਅਗੇ 9 ਮਾ ਸੋਮਨਾਥ ਮੰਦਿਰ ਤੇ ਮਹਿਮੂਦ ਗਰਜਨੀ ਨੇ ਕਦੋਂ ਹਮਲਾ ਕੀਤਾ ਕੀਤਾ ਸੀ ਇਹਦਾ ਸਰਾਜੂ ਈੜੀ ਤੋਂ 1025 ਵਿੱਚ ਅਗੇ 10 ਮਾ ਮੱਧਕਾਲੀਨ ਭਾਰਤ ਵਿੱਚ ਕਿਹੜਾ ਧਰਮ ਮੁੱਖ ਰੂਪ ਵਿੱਚ ਪ੍ਰਸਿੱਧ ਸੀ 10ਵਾਂ ਸਵਾਲ ਜੁਆ ਅੜਾ Hindu ਧਰਮ ਅੱਗੇ 11ਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ਇਹਦਾ ਸਵਾਲ ਜੁਗਿਆ ਜਿੰਮੀ ਦਾ ਜਵਾਬ ਅੜਾ 1667 ਈਸਵੀ ਦੇ ਵਿੱਚ ਹੋਇਆ ਸੀ ਹੁਣ ਆਪਾਂ ਅੱਗੇ ਅੱਗੇ ਹૈਦਰ ਅਲੀ ਕਿੱਥੋਂ ਦਾ ਸ਼ਾਸਕ ਸੀ ਬਾਲਮੀਦ ਅਸਰਾਜੂ ਈੜੀ ਮੈਸੂਰ ਅਗੇ 13ਵਾਂ ਵਿਗਿਆਪਨ ਦੀਆਂ ਮੁੱਖ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਤੇਜਮੀਦ ਅਸਰਾਜੂ ਆ ਈੜੀ 4 ਅਗੇ 14ਵਾਂ ਹੇਠ ਲਿਖੇ ਵਿੱਚੋਂ ਕਿਹੜਾ ਜਨਤਕ ਸੰਚਾਰ ਦਾ ਬਿਜਲੀ ਸਾਧਨ ਹੈ ਈਦ ਅਸਰਾਜੂ ਆ ਪ੍ਰਸ਼ਨ 14ਵੇਂ ਦਾ ਆੜਾ ਮੈਗਜ਼ੀਨ ਇਹਥੇ ਲਿਖਿਆ ਵਿੱਚ ਕਿਹੜਾ ਵਿਜੰਤਕ ਸਾਧਨ ਹੈ ਇਹਦਾ ਸਵਾਲ ਜੀ ਇਹਦਾ ਅਨਸਰ 14ਵੇਂ ਨੇ ਟੈਲੀਵਿਜਨ ਆ ਇਹ ਲਿਖਣ ਵੀ ਮੈਂ ਥੋੜੀ ਜਿਹੀ ਗਲਤੀ ਹੋ ਗਈ ਸੀ ਅੱਗੇ ਆ ਕੇ ਪ੍ਰਸ਼ਨ ਨੰਬਰ 15ਵਾਂ ਮੁੱਖ ਮੰਤਰੀ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ ਇਹਦਾ ਅਨਸਰ ਆਜੂ ਈੜੀ ਰਾਜਪਾਲ ਦੁਆਰਾ ਅੱਗੇ ਭਾਗ ਆੜਾ ਵਜੋਰ 2 ਅੰਕ ਦਾ ਹੈਗਾ ਪਹਿਲਾ ਪ੍ਰਸ਼ਨ ਨੰਬਰ 1 ਬਸਤੂਨਿਸ਼ਟ ਪ੍ਰਸ਼ਨ ਖਾਲੀ ਸਾਮਾ ਪੜੋ ਚਲਤੀ ਦਿਸ਼ਾ ਸਭ ਤੋਂ ਉੱਪਰਲੀ ਪਲਤ ਨੂੰ ਡੈਸ਼ ਆਖਦੇ ਹਨ 8ਵੇਂ ਇਹਦਾ ਜੋ ਪਹਿਲੇ ਦਾ ਸਿਆਲ ਮੈਂ ਲਿਖ ਕੇ ਦਿਖਾ ਦਣਾ ਤੁਹਾਨੂੰ ਸੀ ਆ ਲ ਸਿਆਲ ਅਗੇ ਦੂਸਰਾ ਦੇਸ਼ ਪ੍ਰਮੁੱਖ ਸ਼ਕਤੀ ਖਣਿਜ ਹੈ ਇਹਦਾ ਸਰਾਜ ਕੋਲਾ ਅੱਗੇ ਸਹੀ ਗਲਤ ਅੰਤਰਵੇਦੀ ਅਗਨੀ ਚਤਾਨਾ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ ਇਹਦਾ ਸਰਾਜਾ ਗਲਤ ਜੋ ਆ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਇਹਦੀ ਪਹਿਲੀ ਕਿਸਮ ਆ ਪਾਤਲੀ ਅਤੇ ਦੂਜੀ ਮੱਧਵਲਤੀ ਆ ਗਲਤ ਅੱਗੇ ਚੌਥਾ ਜਾਪਾਨ ਦੀ ਬੁਲਤ ਰੇਡ ਗੱਦੀ 500 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਹੈ ਆ ਬਿਲਕੁਲ ਸਹੀ ਆ ਅੱਗੇ ਪ੍ਰਸ਼ਨ ਹੇਠਾਂ ਲਿਖਿਆ ਹੇਠਾਂ ਲਿਖੇ ਪ੍ਰਸ਼ਨ ਦੇ ਉੱਤਰ ਪਿਆਰ ਸ਼ਬਦਾਂ ਤੱਕ ਦਿਓ ਪਹਿਲਾ ਜੰਗਲਾਂ ਤੋਂ ਸਾਨੂੰ ਕਿਹੜੇ-ਕਿਹੜੇ ਬਸਤਾਂ ਪ੍ਰਾਪਤ ਹੁੰਦੀਆਂ ਹਨ ਜਦ ਅਪਿਨਾਸ ਨਾ ਹੈਗਾ ਜੰਗਲਾਂ ਤੋਂ ਸਾਨੂੰ ਫਲ ਜਲਦੀ ਬੁੱਤੀਆਂ ਸਬਜ਼ੀਆਂ ਆਕਸੀਜਨ ਲੱਕੜੀ ਗੂੰਦ ਆਂਦੀ ਬਸਤਾਂ ਪ੍ਰਾਪਤ ਹੁੰਦੀਆਂ ਨੇ ਦੂਜਾ ਸੜਕ ਮਾਰਗ ਦਾ ਕੀ ਮਹੱਤਵ ਹੈ ਸੜਕ ਨਾਲ ਇੱਕ ਕੱਤੋਂ ਦੂਸਰੇ ਕੱਤ ਤੱਕ ਪਹੁੰਚ ਹੋ ਗਈ ਹੈ ਰੇਲਵੇ ਲਾਈਨਾਂ ਨਾਲ ਸੜਕਾਂ ਬਣਾਉਣੀਆਂ ਸੌਖੀਆਂ ਤੇ ਸਸਤੀਆਂ ਹਨ ਪਹਾ੍ਰਵਤੀ ਖੇਤਰਾ ਵਿੱਚ ਹੀ 20 ਸੜਕਾਂ ਦਾ ਬਹੁਤ ਨਿਰਮਾਣ ਹੋਇਆ ਹੈ ਕਿਉਂਕਿ ਉੱਥੇ ਰੇਲਵੇ ਲਾਈਨਾਂ ਬਣਾਉਣੀਆਂ ਬਹੁਤ ਔਖੀਆਂ ਹਨ ਆਵਾਜਾਈ ਦੇ ਸਾਧਨ ਕਿਸੇ ਸਥਾਨ ਤੋਂ ਵਿਕਸਿਤ ਕਰਨ ਲਈ ਬੜੀ ਭੂਮਿਕਾ ਨਿਭਾਉਂਦੇ ਹਨ ਅਕਿਊਪਰੇਸ਼ਨ ਨੇ 6ਵਾਂ ਪ੍ਰਸ਼ਨ ਮਤਲਬ ਚੌਥਾ ਹੇਠਾਂ ਲਿਖੇ ਪ੍ਰਸ਼ਨ ਦੇ ਉੱਤਰ ਪਿਆਰ ਸ਼ਬਦਾਂ ਤੋਂ ਵੱਧ ਸ਼ਬਦਾਂ ਵਿੱਚ ਦਿਓ ਪ੍ਰਸ਼ਨ ਨੰਬਰ 1 ਗਰਮ ਮਾਰੂਥਰ ਬਨਸਪਤੀ ਬਾਰੇ ਲਿਖੋ ਗਰਮ ਮਾਰੂਥਰ ਵਿੱਚ ਜਿਆਦਾ ਗਰਮੀ ਅਤੇ ਘੱਟ ਬਰਖਾ ਕਾਰਨ ਬਹੁਤ ਘੱਟ ਬਨਸਪਤੀ ਹੁੰਦੀ ਹੈ ਭਾਰਤ ਅਤੇ ਪਾਕਿਸਤਾਨ ਦਾ ਥਾਰ ਮਾਰੂਥਰ ਅਫਰੀਕਾ ਦਾ ਸਹਾਰਾ ਮਾਰੂਥਰ ਆਂਦੀ ਗਰਮ ਮਾਰੂਥਲ ਹਨ ਇੰਨਾ ਵਿੱਚ ਕੰਡੇਦਾਰ ਝਾੜੀਆਂ ਛੋਟੀਆਂ-ਛੋਟੀਆਂ ਜੜੀ-ਬੂਟੀਆਂ ਅਤੇ ਕਾ ਆਂ ਦੀ ਹੀ ਉੱਗਦਾ ਹੈ ਇਸ ਬਸਪਤੀ ਦੇ ਜੜਾ ਲੰਮੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਕਿ ਪੌਦੇ ਦੁਗਾਈ ਤੋਂ ਨਮੀ ਪ੍ਰਾਪਤ ਕਰ ਸਕਣ ਪ੍ਰਸ਼ਨਵਲਤੂ ਸੰਸਾਰ ਦੇ ਪ੍ਰਮੁੱਖ ਜੜ ਮਾਰਗਾਂ ਵਾਲੇ ਸੰਖੇਪ ਵਿੱਚ ਲਿਖੋ ਜਲ ਮਾਰਗ ਅਬਜਈ ਦੇ ਸਭ ਤੋਂ ਸਸਤੇ ਸਾਧਨ ਹਨ ਸੰਸਾਰ ਦੇ ਪ੍ਰਮੁੱਖ ਸਮੁੰਦਰੀ ਮਾਰਗੇੇਥ ਲਿਖਿਆ ਹਨ ਪਹਿਲਾ ਉੱਤਰੀ ਅਧਵ ਮਹਾਸਾਗਰੀ ਮਾਰਗ ਦੂਸਰਾ ਸ਼ਾਂਤ ਮਹਾਸਾਗਰੀ ਮਾਰਗ ਤੀਸਰਾ ਕੱਪ ਮਾਰਗ ਚੌਥਾ ਸਬੈਜ ਨਹਿਰ ਮਾਰਗ ਪੰਜਵਾਂ ਪਨਾਮਾ ਨਹਿਰ ਮਾਰਗ ਅਗਿਆ ਨਕਸ਼ੇ 'ਚ ਤੁਸੀਂ ਦਿਖਾਉਣ ਇਨੇ ਜੋ ਚੀਜ਼ਾਂ 10 ਸਥਾਨ ਦਿੱਤੇ ਗਏ ਹਨ ਇਹਨਾਂ ਵਿੱਚ ਤੁਸੀਂ ਕੋਈ 7 7 ਸਥਾਨ ਨੇ ਜੋ ਨਕਸ਼ੇ ਦੇ ਵਿੱਚ ਦਿਖਾਉਣ ਹੈ ਨਾ ਇਹ ਤੁਸੀਂ ਆਪਣੀ ਕਿਤਾਬ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਹੁਣ ਅਸੀਂ ਵੀਡੀਓ ਦੇ ਵਿੱਚ ਨਕਸ਼ਾ ਐਡ ਨਹੀਂ ਕਰ ਸਕਦੇ ਇਹ ਤੁਸੀਂ ਆਪਣੀ ਕਿਤਾਬ ਦੇ ਵਿੱਚ ਚੈੱਕ ਕਰ ਲੈਣਾ ਕਿਉਂਕਿ ਇਹ ਵੀਡੀਓ ਵਿੱਚ ਜੋ ਨਕਸ਼ਾ ਹੈ ਉਹ ਫਿੱਟ ਨਹੀਂ ਆਵੇਗਾ ਮਤਲਬ ਮੈਂ ਤੁਸੀਂ ਸਮਝ ਗਏ ਮੈਨੂੰ ਇੰਨੀ ਐਡੀਟਿੰਗ ਜੋ ਵੀਡੀਓ ਐਡਿਟ ਕਰਦੇ ਹੁਣ ਉਹ ਇੰਨੀ ਜਿਆਦਾ ਚੰਗੀ ਤਰ੍ਹਾਂ ਨਹੀਂ ਆਉਂਦੀ ਪਾਲ ਯੁਗ ਇਤਿਹਾਸ ਬੀਰ ਕੇ ਦਾ ਪਾਲਤ ਵਿੱਚ ਦੈਸ਼ ਨੂੰ ਪਰिवर्तन ਦੀ ਸਦੀ ਮੰਨਿਆ ਜਾਂਦਾ ਹੈ ਥਾਲਵੀ ਸਦੀ ਇਹਨਾਂ ਅੱਗੇ ਦੂਜਾ ਦੇਵ ਪਾਲ ਨੇ ਬੋਧ ਗਦਾ ਵਿਕੇ ਦੈਸ਼ ਮੰਦਰ ਬਣਾਇਆ ਇਹਦਾ ਹੂਆ ਮਹਾ ਬੋਧੀ ਮੰਦਰ ਮਹਾ ਬੋਧੀ ਮੰਦਰ ਮੈਂ ਦੋ ਵਾਰ ਬੋਲ ਕੇ ਦੱਸਤਾ ਅੱਗੇ ਸਹੀ ਅਤੇ ਗਲਤ ਦਾ ਨਿਸ਼ਾਨ ਲਗਾਓ ਮੱਧ ਕਾਲੀਨ ਚੁੱਕ ਅਧੋਲਨ ਬਹੁਤ ਸਾਰੇ ਸਮਾਜਿਕ ਰੀਤੀ ਰਿਵਾਜ ਅਤੇ ਧਾਰਮਿਕ ਵਿਸ਼ਵਾਸ ਹੋਦ ਵਿੱਚ ਨਹੀਂ ਆਏ ਸਨ ਇਹਦਾ ਅੰਸ਼ ਬਿਲਕੁਲ ਗਲਤ ਆ ਉਸ ਸਮੇਂ ਵਿੱਚ ਜੋ ਸਮਾਜਿਕ ਰੀਤੀ ਰਿਵਾਜ ਅਤੇ ਧਾਰਮਿਕ ਵਿਸ਼ਵਾਸ ਆਹ ਹੋਦ ਦੇ ਵਿੱਚ ਆ ਚੁੱਕੇ ਸਨ ਅਤੇ ਉਦੋਂ ਬਹੁਤ ਹੀ ਜ਼ਿਆਦਾ ਪੰਚਲਿਤ ਸਨ ਚੌਥਾ ਬਲ 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 ਬੰਦਾਸ ਬੰਸੁਦਾਸ ਸਥਾਪਕ ਸੀ ਆ ਵੀ ਗਲਤੀ ਆ ਅਗੇ ਪ੍ਰਸ਼ਨ ਹੈ ਇਹ ਥਾਂ ਲਿਖੀ ਪ੍ਰਸ਼ਨ ਦੇ ਉੱਤਰ 50 ਸ਼ਬਦਾਂ ਵਿੱਚ ਦਿਓ ਮਹਿਮੂਦ ਗੋਰੀ ਨੇ ਭਾਰਤ ਤੇ ਹਮਲਾ ਕਿਉਂ ਕੀਤਾ ਮਹਿਮੂਦ ਗੋਰੀ afghanistan ਵਿੱਚ ਗੋਰ ਵੰਸ਼ ਨਾਲ ਸੰਬੰਧ ਰੱਖਦਾ ਸੀ ਉਸ ਦੇ ਰਾਜ ਵਿੱਚ ਆਧੁਨਿਕ afghanistan ਤੇ ਗਜਨੀ ਅਤੇ ਹਗਤਾ ਵਿਚਾਰੇ ਦੇ ਖੇਤਰ ਸ਼ਾਮਲ ਸਨ ਉਸ ਦੇ ਭਾਰਤ ਤੇ ਹਮਲੇ ਦਾ ਉਦੇਸ਼ ਸਿਰਫ ਭਾਰਤ ਦੇ ਤੁਨ ਨੂੰ ਲੁੱਤਣਾ ਹੀ ਨਹੀਂ ਸੀ ਉਹ ਭਾਰਤ ਵਿੱਚ ਮੁਸਲਿਮ ਰਾਜ ਦੀ ਸਥਾਪਨਾ ਕਰਨਾ ਚਾਹੁੰਦਾ ਸੀ ਅਗੇ ਦੂਸਰਾ ਭਾਰਤੀ ਭਾਰਤੀ ਇਤਿਹਾਸ ਕਰਨ ਦੇ ਸਰੋਤ ਕਿੰਨੀ ਪ੍ਰਕਾਰ ਦੇ ਹਨ ਭਾਰਤੀ ਇਤਿਹਾਸ ਕਰਨ ਦੇ ਸਰੋਤ ਦੋ ਪ੍ਰਕਾਰ ਦੇ ਹਨ ਪਹਿਲਾ ਪੁਰਾਤਤਵ ਸਰੋਤ ਇਸ ਵਿੱਚ ਪ੍ਰਾਚੀਨ ਸਮਾਰਕ ਮੰਦਿਰ ਸਿੱਕੇ ਬਲਤਨ ਹਥਿਆਰ ਗਹਿਨੇ ਚਿੱਤਰ ਅੰਨ ਇਸ ਸਮੀਰ ਹਨ ਅਗਿਆਤ ਦੂਸਰਾ ਸਾਹਿਤਿਕ ਸਰੋਤ ਇਸ ਵਿੱਚ ਰਾਜੇ ਮਹਾਰਾਜੇ ਦੀਆਂ ਜੀਵਨੀਆਂ ਵਿਦੇਸ਼ੀ ਯਾਤਰੀਆਂ ਦੇ ਲੇਖ ਅਤੇ ਦਸਤਾਵੇਜ਼ ਸ਼ਾਮਿਲ ਹਨ ਅਗਿਆਤਮਾ ਹੇਠਾਂ ਲਿਖੇ ਪ੍ਰਸ਼ਨ ਦੇ ਉੱਤਰ 50 ਸ਼ਬਦਾਂ ਤੋਂ ਵੱਧ ਸ਼ਬਦਾਂ ਵਿੱਚ ਦਿਓ ਪ੍ਰਸ਼ਨ ਬਲਬਨ ਬਲਬਨ ਨੇ ਸultan ਦਾ ਸਥਾਪਨ ਕਿਵੇਂ ਕੀਤਾ ਬਲਬਨ 266 ਈਸਵੀ ਵਿੱਚ ਦਿੱਲੀ ਦਾ ਸੁਲਤਾਨ ਬਣਿਆ ਉਸਨੇ ਲੁੱਟੇ ਇਲਾਕੇ ਤੇ ਕਾਬੂ ਪਾਇਆ ਉਸਨੇ ਬੰਗਾਲ ਵਿੱਚ ਤੁਗਲਕ ਖਾਨ ਦੇ ਵਿਦਰੋਹ ਨੂੰ ਕੁਚਲ ਦਿੱਤਾ ਉਸਨੇ ਸੈਨਾ ਦਾ ਪੂਰਨ ਗੱਥਨ ਕੀਤਾ ਬਲਬਨ ਨੇ ਬਲਬਨ ਨੇ ਮੁਗਲਾਂ ਵਿਰੁੱਧ ਸਖਤ ਨੀਤੀ ਅਪਣਾਈ ਜਿਸ ਨੂੰ ਜਿਸ ਨੂੰ ਹੂਦ ਅਤੇ ਲੋਹੇ ਦੀ ਨੀਤੀ ਕਿਹਾ ਜਾਂਦਾ ਹੈ ਅਗੇ ਹੜਾ ਮਤਲਬ ਦੂਸਰਾ ਪਰੇਸ਼ਨ ਅਕਬਰ ਦੀਆਂ ਜਿੱਤਾਂ ਬਾਰੇ ਲਿਖੋ ਅਕਬਰ ਨੇ ਗੁਰੂ ਰਾਜ ਗੱਦੀ ਤੇ ਬੈਠਨ ਮਗਰੋਂ 1552 ਈਸਵੀ ਵਿੱਚ ਪਾਣੀਪਤ ਦੀ ਦੂਜੀ ਲੜਾਈ ਵਿੱਚ ਹੇਮੂ ਨੂੰ ਹਰਾਇਆ ਅਤੇ ਦਿੱਲੀ ਤੇ ਅਧਿਕਾਰ ਕਲਿਆ ਉਸਨੇ Rajputa ਦੇ ਪ੍ਰਦੇਸ਼ ਗੁਜਰਾਤ, ਬਿਹਾਰ, ਬੰਗਾਰ, ਬੀਜਾਪੁਰ, ਗੋਲਕੁੰਡਾ ਅਤੇ ਖਾਨਦੇਸ਼ ਆਂਧੀ ਦੇਸ਼ ਜਿੱਤ ਕੇ ਆਪਣੇ ਰਾਜ ਵਿੱਤਾ ਵਿਸਤਾਰ ਕੀਤਾ ਅਗੇ ਪ੍ਰਸ਼ਨ ਨੰਬਰ 3 ਭਾਰਤੀ ਮੁਸਲਿਮ ਪਵਨ ਨਿਰਮਾਣ ਕਰਾਦੀਆ ਪ੍ਰਮੁੱਖ ਵਿਸ਼ੇਸ਼ਤਾਵਾਂ ਭਾਰਤੀ ਮੁਸਲਿਮ ਪਵਨ ਨਿਰਮਾਣ ਕਰਾਦੀਆ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਦਿੱਤੀ ਗਈਆਂ ਹਨ ਪਹਿਲਾ ਇਹ ਸ਼ੈਲੀ ਤੁਰਕ ਅਫਗਾਨ ਅਤੇ ਭਾਰਤੀ ਸ਼ੈਲੀਆਂ ਦਾ ਮਿਸ਼ਰਣ ਸੀ ਅਰਥਾ ਇਹ ਸ਼ੈਲੀ ਅਦੀਨ अनेका ਮਸਜਿਦਾਂ ਅਤੇ ਮਕਬਰੇ ਬਣਾਏ ਬਣਾਈ ਗਈ ਨੁਕੀਲਾ ਮਹਿਰਾਬ ਮਿਨਾਰ ਅਤੇ ਗੁਬੰਦ ਇਸ ਸ਼ੈਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਤੀਸਰਾ ਇਨ੍ਹਾਂ ਭਾਵਨਾਵਾਂ ਦੀਆਂ ਦੀਵਾਰਾਂ ਤੇ ਪਵਿੱਤਰ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ ਚੌਥਾ ਇਹ ਇਮਾਰਤਾਂ ਵਿੱਚ ਸਤੰਭਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ ਪੰਜਵਾਂ ਅਲਾਉਦੀਨ ਖਿਲਜੀ ਦੇ ਕਾਲ ਵਿੱਚ ਬਣੇ ਇਲਾਹੀ ਦਰਵਾਜ਼ੇ ਵਿੱਚ ਲਾਲ ਪੱਥਰ ਅਤੇ ਸਫੈਦ ਸਗਮਨ ਮਿਲਦਾ ਪ੍ਰਯੋਗ ਕੀਤਾ ਗਿਆ ਹੈ ਅਗੇ ਪ੍ਰਸ਼ਨ ਆਪ ਚੌਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਲਿਖੋ ਪਹਿਲਾ ਉਹਨੇ ਸਿਖਾਇਆ ਸੀ ਪਰਮਾਤਮਾ ਇੱਕ ਹੈ ਪਰਮਾਤਮਾ ਨਿਰਾਰਕਾਰ ਹੈ ਸਾਨੂੰ ਕਦੇ ਵੀ ਕਿਸੇ ਨੂੰ ਕਿਸੇ ਵੀ ਚੀਜ਼ ਤੋਂ ਇਨਕਾਰ ਨਹੀਂ ਕਰਨਾ ਚਾਹੁੰਦਾ ਸਾਨੂੰ ਕਦੇ ਵੀ ਕਿਸੇ ਨਾਲ ਮਾੜਾ ਵਿਵਹਾਰ ਨਹੀਂ ਕਰਨਾ ਚਾਹੁੰਦਾ ਸਾਨੂੰ ਹਮੇਸ਼ਾ ਨਾਮ ਜਪਣਾ ਚਾਹੁੰਦਾ ਹੈ ਸਾਨੂੰ ਹਮੇਸ਼ਾ ਜੋ ਕੀਤਾ ਉਹਨੂੰ ਲੋਕਾਂ ਦੇ ਵਿੱਚ ਬੰਦਨਾ ਚਾਹੁੰਦਾ ਹੈ ਇਹ ਉਹਨਾਂ ਦੀਆਂ ਸਿੱਖਿਆਵਾਂ ਸੀ ਅੱਗੇ ਮੈਨੂੰ ਤਾਂ ਨਿਸ਼ਚਿਤ ਹੀ ਕੁਝ ਰਹਿ ਗਿਆ ਹੋਊਗਾ ਨਾਗਰਿਕ ਸ਼ਾਸਤਰ ਇਹ ਕੋਲ 14 ਅੰਕ ਦਾ ਹੀ ਆ ਵੀਕਰ ਨਾਗਰਿਕ ਸ਼ਾਸਤਰ ਜੋ ਚਲੋ ਆਪਾਂ ਖੋਲ ਲੈਨੇ ਆ ਵਸਤੂ ਨਿਸ਼ਠ ਪ੍ਰਸ਼ਨ ਖਾਲੀ ਥਾਵਾਂ ਪਹਿਲੀ ਦੇਸ ਹੀ ਅਜੀਹਾ ਦੇਸ਼ ਹੈ ਜਿੱਥੇ ਅਜੀਬੀ ਸਿੱਧਾ ਲੋਕਤੰਤਰ ਹੈ ਇਸ ਦਾ ਅਸਲ ਜੁਬ ਸਬੀ ਟਜ ਲੈਂਡ ਮਿਲਿਸ਼ ਕੇ ਵੀ ਦਿਖਾ ਦੇਣਾ ਤੁਹਾਨੂੰ ਕੋਈ ਚੱਕਰ ਨਹੀਂ ਆਪਾਂ ਇਹਨੂੰ ਲਿਖ ਕੇ ਦਿਖਾ ਦਿੰਨੇ ਆ ਸੋ ਵੀ ਤੋ ਜੋ ਸੁਵਿਧਾ ਚ ਲੈਂਡ ਲੈਂਡੋ ਸੁਵਿਧਾ ਚ ਲੈਂਡ ਅਗਿਆਲਾ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੀ ਗਿਣਤੀ ਘੱਟੋ ਘੱਟ ਦੈਸ਼ ਹੋ ਸਕਦੀ ਹੈ ਇਹਦਾ ਅਨਸਰ ਹੈ 60 ਅੱਗੇ ਸਹੀ ਅਤੇ ਗਲਤ ਦਾ ਨਿਸ਼ਾਨ ਲਗਾਓ ਪਹਿਲਾ ਪੰਜਾਬ ਵਿਧਾਨ ਦਨ ਪਾਲਿਕਾ ਦੋ ਸਦਨੀ ਹੈ ਇਦਾਂ ਸਰਾਜੂ ਬਿਲਕੁਲ ਹੀ ਗਲਤ ਆ ਇਹ ਇੱਕ ਸਦਨੀ ਆ ਅੱਗੇ ਦੂਸਰਾ ਭਾਗ ਤੋ ਇੱਕ ਲੋਕਤੰਤਰ ਗਨਰਾਜ ਆ ਆ ਸਹੀ ਆ ਅੱਗੇ 10ਵਾਂ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਪਿਆਰ ਸ਼ਬਦਾਂ ਵਿੱਚ ਦਿਓ ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ ਕਾਨੂੰਨ ਦੇ ਰਾਜ ਤੋਂ ਭਾਵ ਹੈ ਕਿ ਦੇਸ਼ ਦਾ ਸ਼ਾਸਨ ਨਿਸ਼ਚਿਤ ਨਿਯਮਤ ਦੇ ਅਨੁਸਾਰ ਚਲਾਇਆ ਜਾਂਦਾ ਹੈ ਅਤੇ ਕਾਨੂੰਨ ਸਾਰੇ ਲੋਕਾਂ ਲਈ ਇੱਕੋ ਜਿਹਾ ਹੁੰਦਾ ਹੈ ਅੱਗੇ ਜੋ ਦੂਜਾ ਪ੍ਰਸ਼ਨ ਐਮਐਲਏ ਚੁਣੇ ਜਾਣ ਲਈ ਕਿਹੜੀਆਂ ਦੋ ਯੋਗਤਾਵਾਂ ਜ਼ਰੂਰੀ ਹਨ ਪਹਿਲੀ ਯੋਗਤਾ ਹੈ ਕਿ ਉਹ ਭਾਰਤ ਦਾ ਨਾਗਰਿਕ ਹੋਵੇ ਮਤਲਬ ਭਾਰਤ ਦਾ ਇੱਕ ਨਿਵਾਸੀ ਜਾਂ ਬੰਦਾ ਹੋਵੇ ਅਗਰ ਦੂਸਰਾ ਦੂਜੀ ਜੋ ਯੋਗਤਾ ਹੈਗੀ ਉਸ ਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ ਮਤਲਬ ਉਹਦੀ ਜੋ ਉਮਰ 25 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਜਾਂ 25 ਸਾਲ ਹੋਵੇ ਤਾਂ ਹੀ ਉਹ ਜੋ ਬੋਤਨ ਨੇ ਉਹਨਾਂ ਵਿੱਚ ਖੜਾ ਹੋ ਸਕਦਾ ਹੈ ਐਮਐਲਏ ਦੀ ਅਗੇ ਪ੍ਰਸ਼ਨ ਨੰਬਰ 11ੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਪਿਆ ਤੋਂ ਵੱਧ ਸ਼ਬਦਾਂ ਵਿੱਚ ਦਿਓ ਪ੍ਰਸ਼ਨ ਕਿਸੇ ਰਾਜ ਦੇ ਰਾਜਪਾਲ ਦੇ ਕੰਮਾਂ ਬਾਰੇ ਲਿਖੋ ਪਹਿਲੇ ਦਾ ਕੰਮ ਕੇਂਦਰ ਵਿੱਚ ਰਾਸ਼ਟਰਪਤੀ ਰਾਸ਼ਟਰਪਤੀ ਬੰਗ ਰਾਜ ਰਾਜਪਾਲ ਰਾਜ ਦਾ ਨਾ ਮਾਤਰ ਮੁਖੀ ਹੈ ਰਾਜਪਾਲ ਦੇ ਕੰਮ ੇਠ ਲਿਖੇ ਹਨ ਪਹਿਲਾ ਉਹ ਰਾਜ ਦਾ ਕਾਰਜਕਾਰੀ ਮੁਖੀ ਹੁੰਦਾ ਹੈ ਰਾਜ ਦਾ ਸ਼ਾਸਨ ਉਸ ਦੇ ਨਾਮ ਤੇ ਚਲਾਇਆ ਜਾਂਦਾ ਹੈ ਮਤਲਬ ਜੋ ਉਹਦਾ ਕੰਮ ਆ ਉਹ ਨਾ માત્ર ਬਸ ਉਹਦੇ ਨਾਮ ਤੇ ਇੱਕ ਤਰ੍ਹਾਂ ਨਾਲ ਜੋ ਪੰਜਾਬ ਦਾ ਸ਼ਾਸਨ ਅਤੇ ਕਿਸੇ ਵੀ ਰਾਜ ਦਾ ਸ਼ਾਸਨ ਉਹ ਚਲਾਇਆ ਜਾਂਦਾ ਹੈ ਦੂਸਰਾ ਉਹ ਮੁੱਖ ਮੰਤਰੀ ਇੱਥੇ ਦੂਸਰੇ ਸਾਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਮਤਲਬ ਜੋ ਉਹ ਹੁਆ ਰਾਜਪਾਲਾ ਉਹ ਮੁੱਖ ਮੰਤਰੀ ਤੇ ਜੋ ਬਾਕੀ ਮੰਤਰੀ ਹਨ ਉਹਨਾਂ ਦੀ ਨਿਯੁਕਤੀ ਕਰਦਾ ਉਹ ਆ ਕੰਮ ਕਰਨੇ ਮਤਲਬ ਕੁਝ ਵੀ ਨਿਯੁਕਤ ਕਰਦਾ ਅਗੇ ਤੀਸਰਾ ਕੰਮ ਰਾਜ ਦੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਸਮੇਂ ਉਹ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਜਿਹੜਾ ਹਾਈ ਕੋਰਟ ਦੇ ਜੋ ਜੱਜ ਹਨ ਉਹਨਾਂ ਦੀ ਜਿਹੜੀ ਨਿਯੁਕਤੀ ਹੁੰਦੀ ਹੈ ਤਾਂ ਉਹ ਜੋ ਰਾਸ਼ਟਰਪਤੀ ਹੈ ਉਹਨੂੰ ਸਲਾਹ ਦਿੰਦਾ ਉਹਨੂੰ ਮੰਨਣਾ ਜਾਂ ਨਾ ਮੰਨਣਾ ਉਹ ਰਾਸ਼ਟਰਪਤੀ ਦਾ ਕੰਮ ਹੈ ਅਗੇ ਚੌਥਾ ਉਹ ਰਾਜ ਵਿਧਾਨ ਮੰਡਲ ਦਾ ਮੰਡਲ ਦੁਆਰਾ ਪਾਸ ਕੀਤੇ ਕਾਨੂੰਨਾਂ ਨੂੰ ਮਨਜ਼ੂਰੀ ਦਿੰਦਾ ਜਿਹੜਾ ਵਿਧਾਨ ਮੰਡਲ ਦਾ ਜੋ ਕਾਨੂੰਨ ਕੋਈ ਪਾਸ ਕਰਦਾ ਉਹਨੂੰ ਮਨਜ਼ੂਰੀ ਦਿੰਦਾ ਜੇਕਰ ਉਹ ਮਨਜ਼ੂਰੀ ਦਿੰਦਾ ਜੇ ਮਨ ਲਾ ਸਾਈਨ ਕਰਦਾ ਤਾਂ ਵੀ ਕਾਨੂੰਨ ਪਾਸ ਹੋਊਗਾ ਜੇ ਸਾਈਨ ਨਹੀਂ ਕਰਦਾ ਤਾਂ 14 ਦਿਨਾਂ ਦੇ ਵਿੱਚ ਉਹ ਕਾਨੂੰਨ ਵੀ ਪਾਸ ਹੋ ਜੂਗਾ ਅੱਗੇ ਆਗਰ ਆਪਣਾ ਬਿਗੇ ਆਪਣਾ ਆਪਣੀ ਚੀਜ਼ਾਂ ਪ੍ਰਤੀ ਲੋਕਾਂ ਦਾ ਬਤੀਰਾ ਬਦਲਣ ਲਈ ਕਿਹੜੇ ਕਿਹੜੇ ਧੰਗ ਅਪਣਾਉਂਦਾ ਹੈ ਜਾ ਲੋਕਤੰਤਰ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਲਿਖੋ ਇੱਥੇ ਆਪਾਂ ਦੂਸਰਾ ਕਰ ਲੈਨੇ ਜੋ ਪਹਿਲਾ ਆਪਸ਼ਨ ਆਪਰੇਸ਼ਨ ਆ ਉਹ ਬਾਹਰ ਔਖਾ ਤੁਹਾਨੂੰ ਤੁਹਾਡੇ ਤੋਂ ਯਾਦ ਨਹੀਂ ਹੋਣਾ ਆਪਾਂ ਲੋਕਤੰਤਰ ਦਾ ਕਰ ਲੈਨੇ ਬਿਲਕੁਲ ਸੌਖਾ ਹੀ ਆ ਪਹਿਲਾ ਜੋ ਪਹਿਲੇ ਉਹ ਵਿਸ਼ੇਸ਼ਤਾ ਉਹ ਜਿਹੜਾ ਸੂਝਵਾਨ ਨਾਗਰਿਕ ਲੋਕਤੰਤਰ ਲਈ ਪਰੇ ਲਿਖੇ ਅਤੇ ਸੂਝਵਾਨ ਨਾਗਰਿਕ ਬਹੁਤ ਜ਼ਰੂਰੀ ਹਨ ਸੂਝਵਾਨ ਨਾਗਰਿਕ ਹੀ ਚੰਗੀ ਸਰਕਾਰ ਦੀ ਚੋਣ ਕਰ ਸਕਦੇ ਹਨ ਦੂਸਰਾ ਸੂਝਵਾਨ ਅਤੇ ਸਮਝਦਾਰ ਨੇਤਾ ਪਹਿਲਾਂ ਆਪਾਂ ਲੋਕਾਂ ਦੀ ਗੱਲ ਕੀਤੀ ਉਹ ਨੇਤਾ ਮਤਲਬ ਜੋ ਬੰਦਾ ਵੋਟਾਂ ਦੇ ਵਿੱਚ ਖੜਾ ਹੂਆ ਸਮਝਦਾਰ ਅਤੇ ਲੋਕਪੱਖੀ ਨੇਤਾ ਹੀ ਲੋਕਤੰਤਰ ਵਿੱਚ ਭਲਾਈ ਦੇ ਕੰਮ ਕਰ ਸਕਦਾ ਹੈ ਜੇਕਰ ਜੋ ਨੇਤਾ ਮਤਲਬ ਜੋ ਬੰਦਾ ਵੋਟਾਂ ਦੇ ਵਿੱਚ ਖੜਾ ਉਹ ਸਮਝਦਾਰਾ ਤੇ ਲੋਕਾਂ ਦਾ ਜੋ ਸਾਰੇ ਲੋਕਾਂ ਨੂੰ ਬਰਾਬਰ ਸਮਝਦਾ ਉਹੀ ਜੋ ਲੋਕਾਂ ਦਾ ਭਲਾਈ ਦਾ ਕੰਮ ਕਰੂਗਾ ਅਗਲਾ ਤੀਸਰਾ ਸਮਾਜਿਕ ਅਤੇ ਆਰਥਿਕ ਸਮਰਤਾ ਸਮਾਜਿਕ ਅਤੇ ਆਰਥਿਕ ਸਮਾਨਤਾ ਲੋਕਤੰਤਰ ਵਿੱਚ ਨਾਗਰਿਕਾਂ ਵਿੱਚ ਜਾਤ ਪਾਤ ਧਰਮ ਭਾਸ਼ਾ ਆਂਦੀ ਦੇ ਅਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਆਰਥਿਕ ਅਤੇ ਸਮਾਜਿਕ ਤੌਰ ਤੇ ਬਰਾਬਰ ਬਰਾਬਰੀ ਹੋਣੀ ਚਾਹੀਦੀ ਹੈ ਆ ਤੋਹਾ ਅਜੇ ਪੇਪਰ ਆ 7ਵੇਂ ਜਮਾਤ ਦਾ ਜੋ ਕੱਲ ਨੂੰ ਹੋਊਗਾ ਫਾਈਨਲ ਐਗਜ਼ਾਮ ਇਹ ਸੇ ਤੁਹਾਨੂੰ ਕਰਵਾ ਦਿੱਤਾ ਹੈ ਵਿਦੋ ਸੋਲੂਸ਼ਨ ਕਰਵਾਇਆ ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੇ ਹੋਵੇ ਤਾਂ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੇਕਰ ਤੁਹਾਨੂੰ ਆਪਣੀ ਵੀਡੀਓnabla ਵਧੀਆ ਲੱਗੀ ਹੋਵੇ ਤਾਂ ਨਾ ਕਰਿਓ ਕੋਈ ਚੱਕਰ ਨਹੀਂ ਤੇ ਜੇਕਰ ਤੁਹਾਨੂੰ ਅਗਰੇ ਪੇਪਰ ਚਾਹੀਦੇ ਨੇ ਤਾਂ ਆਪਾਂ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਤੁਹਾਨੂੰ ਹੁਣ ਤੁਸੀਂ ਕਹਿੰਦੇ ਹੋਵੋਗੇ ਮਨ ਵਿੱਚ ਸਾਨੇ ਤਾਂ ਆਪ ਨੂੰ ਆਏ ਕਹਤਾਂ ਅਨਸਬਸਕ੍ਰਾਈਬ ਕਰ ਦੋ ਪਰ ਮੈਂ ਪਰ ਮੈਂ ਆ ਗਲਤੀ ਵੀ ਕਹੀ ਆ ਜੋ ਆਪਣਾ ਚੈਨਲ ਆ ਉੱਤੇ ਤੁਹਾਨੂੰ ਪੇਪਰ ਸਭ ਤੋਂ ਪਹਿਲੇ ਮਿਲਦੇ ਨੇ ਤੁਸੀਂ ਵੀ ਦੇਖਿਆ ਹੋਗਾ ਆਪਾਂ ਨੇ ਸਪਟੰਬਰ ਪ੍ਰੀਵੋ ਸਾਰੇ ਪੇਪਰ ਸਭ ਤੋਂ ਪਹਿਲੇ ਅਪਲੋਡ ਕੀਤੇ ਨੇ ਤੇ ਜੋ ਹੁਣ ਫਾਈਨਲ ਐਗਜ਼ਾਮ ਨੇ ਉਹ ਵੀ ਆਪਣੇ ਚੈਨਲ ਤੇ ਸਭ ਤੋਂ ਪਹਿਲੇ ਹੀ ਆਉਂਦੇ ਰਹਿੰਦੇ ਨੇ ਤਾਂ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਤੇ ਜੇਕਰ ਤੁਹਾਨੂੰ ਆਪਣੀ ਵੀਡੀਓ ਆਤਮੈ ਬੋਲ ਚੁੱਕਿਆ ਤੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ ਚ ਟੈਲੀਗ੍ਰam ਗਰੁੱਪ ਉੱਤੇ ਜਿਹੜਾ ਆਪਾਂ ਆਪਣਾ ਬਣਿਆ ਹੋਇਆ ਸਾਰੇ ਆਪਣੇ ਬੰਦੇਓ ਚ ਜੁੜਜੋ ਉੱਥੇ ਤੁਹਾਨੂੰ ਜੋ ਪੀਡੀਐਫ ਨੇ ਮੈਂ ਸੀਤੀ ਵੀ ਦੇਖ ਰੂਆ ਤਾਂ ਕਿ ਤੁਸੀਂ ਜੋ ਪੀਪਲ ਦੀ ਤਿਆਰੀ ਉਹ ਵਧੀਆ ਤਰੀਕੇ ਨਾਲ ਕਰ ਸਕੋ ਤੇ ਆਪਾਂ ਫਿਰ ਮਿਲਾਂਗੇ اگਲੀ ਵੀਡੀਓ ਚ ਤੇ ਓਕੇ ਦੋਸਤੋ